ਮੇਰੀ ਆਦਤ ਹੈ ਮੈਂ ਪੱਗ 'ਚ ਰੱਖ ਦਾਂਗਾ ਇੱਧਰ ਐਨਕਾਂ, ਆਹ ਪੱਗ 'ਚ ਪਈਆਂ, ਇੱਧਰ ਵੀ ਰੱਖਦਾ ਮੈਂ, ਕੱਢ ਕੇ ਦਿਖਾ ਦਿਓ ਇੱਕ ਵਾਰ, ਅਤੇ ਮੈਂ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਪੱਗ 'ਚ ਹੀ ਰੱਖਦਾ ਐਨਕਾਂ। ਯੁਵਰਾਜ ਜੀ ਨੇ ਦੇਖਿਆ ਉੱਪਰੋਂ, ਉਹਨਾਂ ਦੀ ਉੱਪਰ ਹੀ ਨਿਗਾਹ ਪਈ ਸਿੱਧੀ, ਉਹ ਬੋਲੇ ਕਿ ਕਹਿੰਦੇ ਚਸ਼ਮਾ ਰੱਖਣ ਦੀ ਜਗ੍ਹਾ ਬੜੀ ਢੁਕਵੀਂ ਹੈ ਤੇਰੀ, ਅਤੇ ਮੈਂ ਉੱਪਰ ਦੇਖਿਆ ਨਹੀਂ, ਮੈਂ ਐਂ ਕਰਕੇ ਮੈਂ ਚਲੋ ਸਨਮਾਨ ਵੀਡੀਓ ਬਣ ਰਹੀ ਸੀ ਸਾਹਮਣੇ, ਰਿਪੋਰਟਰ ਖੜ੍ਹੇ ਸੀਗੇ ਅਤੇ ਵੀਰੇ ਹੁਣੀ ਕਹਿੰਦੇ ਬੰਦਾ ਵੀ ਸਾਡਾ ਮਤਲਬ ਥੋੜ੍ਹਾ ਖਾਸ ਹੀ ਆ, ਅਤੇ ਉਸ ਤੋਂ ਬਾਅਦ ਉਹ ਨਾ ਮੈਂ ਨੀਚੇ ਉਹੀ ਵਰਡਿੰਗ ਲਿਖ ਕੇ ਯੁਵਰਾਜ ਜੀ ਦੀ ਰੀਲ ਪਾਤੀ ਸੀ, ਉਹ ਰੀਲ ਵਧੀਆ ਮਤਲਬ ਚਲੋ ਗੇਨਿੰਗ ਹੋਈ ਆ ਉਹਦੀ। ਜੱਸੜ ਹੁਣੀ ਆਏ, ਉਹਨਾਂ ਨੇ ਗਾਣੇ 'ਚ ਚਲਾਏ ਮਤਲਬ ਪੱਗਾਂ ਬੰਨੀਆਂ, ਉਹਨਾਂ ਨੂੰ ਦੇਖ ਕੇ ਬਹੁਤ ਮੁੰਡੇ ਪੱਗਾਂ ਬੰਨਣ ਲੱਗ ਗਏ ਅੱਜ ਕੱਲ੍ਹ ਦੇ, ਅਤੇ ਬਾਕੀ ਬੈਕ ਟੂ ਸਿੱਖੀ ਗਾਣੇ ਚੱਲ ਹੀ ਰਹੇ ਤੁਹਾਨੂੰ ਪਤਾ ਹੀ ਹੈ, ਬਹੁਤ ਅਰਜਨ ਉਹਨਾਂ ਦੇ ਜਿਵੇਂ ਇੱਕ ਪਹਿਲਾਂ ਆਇਆ ਸੀ ਬੈਕ ਟੂ ਸਿੱਖੀ ਗਾਣਾ, ਇੱਕ ਹੁਣ ਆਇਆ, ਉਹਨਾਂ ਨੇ ਬਹੁਤ ਪ੍ਰਭਾਵ ਪਾਇਆ ਨੌਜਵਾਨ ਪੀੜ੍ਹੀ 'ਚ। ਜ਼ਿਆਦਾਤਰ ਪੱਗ ਪਟਿਆਲਾ ਸ਼ਾਹੀ ਉਹ ਚੱਲਦੀ ਆ, ਮਤਲਬ ਕਿ ਸੈਮੀ ਕੁ ਪਟਿਆਲਾ ਸ਼ਾਹੀ, ਵੀ ਇੰਨੀ ਵੀ ਪਟਿਆਲਾ ਸ਼ਾਹੀ ਨਹੀਂ, ਪਟਿਆਲਾ ਸ਼ਾਹੀ ਹੁੰਦੀ ਸੀ ਪ੍ਰੋਪਰ ਟੇਢੀ, ਉਹਦਾ ਸਿਰ ਕਵਰ ਨਹੀਂ ਹੁੰਦਾ ਸੀ, ਬਸ ਸਿਰ ਤਾਂ ਥੋੜ੍ਹਾ ਜਿਹਾ ਉੱਪਰਲਾ ਹਿੱਸਾ ਥੋੜ੍ਹਾ ਜਿਹਾ ਰਹਿ ਜਾਂਦਾ ਸੀਗਾ, ਉਹ ਪਟਿਆਲਾ ਸ਼ਾਹੀ ਸੀ, ਅਤੇ ਅੱਜ ਕੱਲ੍ਹ ਫ੍ਰੀ ਸਟਾਈਲ ਵਾਲੀਆਂ ਚੱਲਦੀਆਂ ਪੱਗਾਂ, ਜਿਵੇਂ ਇਕੱਲੇ ਮੁੰਡੇ ਨਹੀਂ ਗਾਇਕ, ਕੁੜੀਆਂ ਵੀ ਗਾਇਕੀ ਆ, ਅਤੇ ਉਹ ਗਾਇਕੀ ਜਿਵੇਂ ਕਿ ਕਹਿੰਦੇ ਆ ਪੱਗ ਅਤੇ ਚੁੰਨੀ ਆਪਣੇ ਲਈ ਸਾਰਿਆਂ ਨੂੰ ਇੰਪੋਰਟੈਂਟ ਚੀਜ਼ ਆ ਪੰਜਾਬੀਆਂ ਲਈ, ਕਿਉਂਕਿ ਇਹ ਚੀਜ਼ ਆਪਣੀ ਸਾਰਿਆਂ ਤੋਂ ਲੀਡ 'ਤੇ ਮੰਨੀ ਜਾਂਦੀ ਆ, ਵੀ ਜਿਹਨੇ ਪੱਗ ਸੰਭਾਲ ਲਈ ਉਹ ਸਭ ਕੁਝ ਸੰਭਾਲ ਗਿਆ, ਜਿਹਨੇ ਚੁੰਨੀ ਸੰਭਾਲ ਲਈ ਉਹ ਵੀ ਸਭ ਕੁਝ ਸੰਭਾਲ ਗਿਆ। ਸਤਿ ਸ਼੍ਰੀ ਅਕਾਲ, ਪੰਜਾਬੀ ਡਾਕ ਦੇ ਸਪੈਸ਼ਲ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਮੈਂ ਜੇ ਬਿੱਲਾ ਸਵਾਗਤ ਕਰਦਾ। ਸੋ ਪੰਜਾਬੀਆਂ ਦੇ ਵਾਸਤੇ, ਉਹਨਾਂ ਦੇ ਵਾਸਤੇ ਖਾਸ ਹੁੰਦੀ ਹੈ ਉਹਨਾਂ ਦੀ ਪੱਗ, ਪੱਗ ਨੂੰ ਰਿਲੇਟਡ ਮੈਂ ਅੱਜ ਗੱਲਬਾਤ ਕਰਨ ਦੇ ਵਾਸਤੇ ਤਰਨਵੀਰ ਨੂੰ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ, ਅਤੇ ਉਹਨਾਂ ਨੇ ਮੇਰਾ ਸੱਦਾ ਸਵੀਕਾਰ ਕੀਤਾ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਬਾਈ, ਕਿਵੇਂ ਹੋ? ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਵਧੀਆ ਵੀਰੇ, ਤੁਸੀਂ ਦੱਸੋ? ਵਧੀਆ ਵਧੀਆ ਵਧੀਆ। ਅੱਛਾ, ਜਿੱਦਾਂ ਮੈਂ ਗੱਲ ਹੀ ਸ਼ੁਰੂਆਤ ਕੀਤੀ, ਪੰਜਾਬੀਆਂ ਦੇ ਵਾਸਤੇ ਸਭ ਤੋਂ ਖਾਸ ਹੁੰਦੀ ਹੈ ਉਹਨਾਂ ਦੀ ਦਸਤਾਰ ਪੱਗ, ਅਤੇ ਤੁਸੀਂ ਦਸਤਾਰ ਬਹੁਤ ਸੋਹਣੀ ਬੰਨੀ ਹੋਈ ਆ। ਸ਼ੁਕਰੀਆ ਬਾਈ ਜੀ, ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਅੱਛਾ, ਦਸਤਾਰ ਦੇ ਬਾਰੇ ਮੈਨੂੰ ਥੋੜ੍ਹਾ ਜਿਹਾ ਦੱਸੋ ਵੀ ਇਹ ਕਿੰਨੇ ਕਿੰਨੇ ਤਰ੍ਹਾਂ ਦੀ ਦਸਤਾਰ ਹੁੰਦੀ ਹੈ, ਕਿਵੇਂ ਕਿਵੇਂ ਕਿਹੜੀ ਕਿਹੜੀ ਪੱਗ ਬੰਨੀ ਜਾਂਦੀ ਆ? ਦਸਤਾਰ ਅੱਜ ਦੇ ਟਾਈਮ 'ਚ ਦੇਖਿਆ ਜਾਵੇ, ਦਸਤਾਰ ਦਾ ਬਹੁਤ ਕਰੇਜ਼ ਚੱਲ ਰਿਹਾ। ਕਰੇਜ਼ ਨਹੀਂ ਮਤਲਬ, ਐਂ ਲਾ ਲਓ ਵੀ ਗਾਣਿਆਂ ਨੇ ਲਾ ਲਓ, ਚਾਹੇ ਆਪਣਾ ਕੋਈ ਐਂ ਲਾ ਲਓ ਵੀ ਪਤਾ ਨਹੀਂ ਮੱਤ ਆ ਗਈ, ਪਿੱਛੇ ਜੇ ਦੌਰ ਚੱਲਿਆ ਸੀ ਬਹੁਤ ਮਤਲਬ ਨੌਜਵਾਨ ਮੁੰਡੇ ਵਾਲ ਕਟਵਾ ਰਹੇ ਸੀ, ਕੇਸ ਕਤਲ ਕਰਵਾ ਰਹੇ ਸੀਗੇ, ਅਤੇ ਆਪਣੇ ਜੱਸੜ ਹੁਣੀ ਆਏ, ਉਹਨਾਂ ਨੇ ਗਾਣੇ 'ਚ ਚਲਾਏ ਮਤਲਬ ਪੱਗਾਂ ਬੰਨੀਆਂ, ਉਹਨਾਂ ਨੂੰ ਦੇਖ ਕੇ ਬਹੁਤ ਮੁੰਡੇ ਪੱਗਾਂ ਬੰਨਣ ਲੱਗ ਗਏ ਅੱਜ ਕੱਲ੍ਹ ਦੇ, ਅਤੇ ਬਾਕੀ ਬੈਕ ਟੂ ਸਿੱਖੀ ਗਾਣੇ ਚੱਲ ਹੀ ਰਿਹਾ ਤੁਹਾਨੂੰ ਪਤਾ ਹੀ ਹੈ, ਬਹੁਤ ਅਰਜਨ ਉਹਨਾਂ ਦੇ, ਜਿਵੇਂ ਇੱਕ ਪਹਿਲਾਂ ਆਇਆ ਸੀ ਬੈਕ ਟੂ ਸਿੱਖੀ ਗਾਣਾ, ਇੱਕ ਹੁਣ ਆਇਆ, ਉਹਨਾਂ ਨੇ ਬਹੁਤ ਪ੍ਰਭਾਵ ਪਾਇਆ ਨੌਜਵਾਨ ਪੀੜ੍ਹੀ 'ਚ, ਵੀ ਮੁੰਡੇ ਮਤਲਬ ਕਿ ਕੇਸ ਕਤਲ ਕਰਵਾਉਣ ਦੀ ਬਜਾਏ ਇੱਕ ਦਿਨ ਪੱਗ ਬੰਨ ਲੈਂਦੇ ਆ, ਉਹ ਸ਼ੀਸ਼ੇ ਮੂਹਰੇ ਖੜ ਕੇ ਦੇਖਦੇ ਵੀ ਅਸੀਂ ਸੋਹਣੇ ਬਹੁਤ ਲੱਗਦੇ ਹਾਂ, ਬਹੁਤ ਕਹਿੰਦੇ ਵੀ ਪੱਗਾਂ ਬੰਨੀਆਂ ਸੋਹਣੀਆਂ ਬਹੁਤ ਲੱਗਦੀਆਂ, ਉਹ ਫਿਰ ਨਾ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਆ, ਕਈ ਤਾਂ ਇੱਦਾਂ ਵੀ ਆ ਵੀ ਜਿੱਦਾਂ ਦੀ ਬੰਨੀ ਜਾਂਦੀ ਆਪ ਬੰਨ ਕੇ ਦੇਖਦੇ ਆ, ਜਿੱਦਾਂ ਦੀ ਬੰਨੀ ਜਾਂਦੀ ਆ 5 ਦਿਨ ਬੰਨੀ ਜਾਊ ਠੀਕ, ਸਹੀ ਦਿਨ 6 ਦਿਨ ਬੰਨੀ ਜਾਊ, ਫਿਰ ਆਪੇ ਹੌਲੀ ਹੌਲੀ ਸਫਾਈ ਹੋਣ ਲੱਗ ਜਾਂਦੀ ਆ, ਬਹੁਤ ਸੋਹਣੀਆਂ ਪੱਗਾਂ ਬੰਨ ਰਹੇ ਮੁੰਡੇ ਅੱਜ ਕੱਲ੍ਹ ਦੇ। ਅੱਛਾ, ਕਿਹੜੇ ਕਿਹੜੇ ਏਰੀਏ ਦੇ ਵਿੱਚ ਕਿਹੜੀ ਕਿਹੜੀ ਪੱਗ ਬੰਨੀ ਜਾਂਦੀ ਆ? ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਹੁਣ ਜ਼ਿਆਦਾਤਰ ਪੱਗ ਪਟਿਆਲਾ ਸ਼ਾਹੀ ਉਹ ਚੱਲਦੀ ਆ, ਮਤਲਬ ਕਿ ਸੈਮੀ ਕੁ ਪਟਿਆਲਾ ਸ਼ਾਹੀ, ਵੀ ਇੰਨੀ ਵੀ ਪਟਿਆਲਾ ਸ਼ਾਹੀ ਨਹੀਂ, ਪਟਿਆਲਾ ਸ਼ਾਹੀ ਹੁੰਦੀ ਸੀ ਪ੍ਰੋਪਰ ਟੇਢੀ, ਉਹਦਾ ਸਿਰ ਕਵਰ ਨਹੀਂ ਹੁੰਦਾ ਸੀ, ਬਸ ਸਿਰ ਤਾਂ ਥੋੜ੍ਹਾ ਜਿਹਾ ਉੱਪਰਲਾ ਹਿੱਸਾ ਥੋੜ੍ਹਾ ਜਿਹਾ ਰਹਿ ਜਾਂਦਾ ਸੀਗਾ, ਉਹ ਪਟਿਆਲਾ ਸ਼ਾਹੀ ਸੀ,
ਅਤੇ ਅੱਜ ਕੱਲ੍ਹ ਫਰੀ ਸਟਾਈਲ ਵਾਲੀਆਂ ਚੱਲਦੀਆਂ ਪੱਗਾਂ ਜਿਵੇਂ। ਵੈਸੇ ਏਰੀਏ ਦੇ ਹਿਸਾਬ ਨਾਲ ਅੱਜ ਤੱਕ ਕੋਈ ਬੰਨ ਨਹੀਂ ਰਿਹਾ, ਹੁਣ ਅੰਮ੍ਰਿਤਸਰ ਵਾਲੇ ਸੀਗੇ ਪਹਿਲਾਂ, ਚਲੋ ਸਿੱਧੀਆਂ ਬੰਨਦੇ, ਹੁਣ ਵੀ ਬੰਨਦੇ ਹੈਗੇ, ਪਰ ਅੱਜ ਦੇ ਮੁੰਡੇ ਫਿਰ ਵੀ ਬਹੁਤ ਟੇਢੀਆਂ ਪੱਗਾਂ ਜ਼ਿਆਦਾ ਚੱਲਦੀਆਂ ਹੁਣ। ਅੱਛਾ, ਪਟਿਆਲਾ ਸ਼ਾਹੀ ਪੱਗ ਹੋ ਗਈ, ਹੋਰ ਪੱਗਾਂ ਦੀਆਂ ਕਿਸਮਾਂ ਦੇ ਬਾਰੇ? ਪਟਿਆਲਾ ਸ਼ਾਹੀ ਪੱਗ ਹੋ ਗਈ, ਇੱਕ ਮੋਰਨੀ ਕਾ ਬੰਨ ਦਿੰਦਾ ਜਮਾਂ ਸਿੱਧੀ, ਜਿਵੇਂ ਕਿ ਨਿੱਕੂ ਬੰਨਦਾ ਸੀ ਇੰਦਰਜੀਤ ਨਿੱਕੂ, ਹਾਂਜੀ, ਮੋਰਨੀ ਪੱਗ ਹੋ ਗਈ। ਬਾਕੀ ਹੋਰ ਸ਼ੇਪ ਦੋ ਹੀ ਆ ਜਾਂਦੀਆਂ ਜਾਂ ਹੋਰ ਆ ਜਾਂਦੀਆਂ, ਅਤੇ ਇਹਨਾਂ ਦੇ ਸਟਾਈਲ ਚੇਂਜ ਹੋ ਜਾਂਦੇ ਆ। ਵਲਾਂ ਵਾਲੀ ਆ ਜਾਂਦੀ ਆ, ਡਬਲ ਲੜੀ ਹੋ ਗਈ ਜਿਵੇਂ ਇੱਕ ਦੇ ਲੜਦੇ ਦੋ ਲੜ ਕੱਢੇ, ਤਿੰਨ ਲੜ ਕੱਢੇ, ਅਤੇ ਬਾਕੀ ਪਿੱਚ ਵਾਲੀ ਸਿੰਗਲ ਪਿੱਚ ਹੀ ਹੋ ਗਈ, ਅਤੇ ਇੱਕ ਮੁਕਤਸਰ ਸਟਾਈਲ ਚੱਲਦਾ ਗਾ, ਉਹਦੇ ਆਪਣਾ ਡਿਜ਼ਾਇਨ ਪੈ ਜਾਂਦਾ, ਮਤਲਬ ਕਿ ਇੱਕ ਲੜ ਦੇ ਛੇ ਛੇ ਲੜ ਕੱਢ ਕੇ ਅੰਦਰ ਇੱਕ ਲੜ ਬਾਹਰ ਇੱਦਾਂ ਚੱਲ ਬੰਨੇ ਜਾਂਦੇ ਆ, ਉਹਨੂੰ ਵੀ ਕਾਫੀ ਸਮਾਂ ਲੱਗਦਾ। ਪਰ ਚਲੋ ਸਮਾਂ ਤਾਂ ਕੀ ਕਹਿਣਾ, ਇੱਕ ਵਾਰ ਸਜਦੀ ਆ ਸਿਰ 'ਤੇ ਸਵੇਰੇ ਸਵੇਰੇ, ਸਾਰਾ ਦਿਨ ਸਜਾ ਕੇ ਰੱਖਦੀ ਆ ਆਪਾਂ ਨੂੰ, ਉਹ ਵੀ ਬਹੁਤ ਸੋਹਣੀ ਲੱਗਦੀ ਆ ਦਸਤਾਰ, ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਆ। ਅੱਛਾ, ਜਿੱਦਾਂ ਤੁਸੀਂ ਗੱਲ ਕੀਤੀ ਵੀ ਪੱਗਾਂ ਦਾ ਜਿਹੜਾ ਮਹੱਤਵ ਆ, ਅੱਜ ਕੱਲ੍ਹ ਦੇ ਸਿੰਗਰਸ ਉਹਨੂੰ ਥੋੜ੍ਹਾ ਜਿਹਾ ਜ਼ਿਆਦਾ ਰੁਝਾਨ ਦੇ ਰਹੇ ਨੇ, ਅਤੇ ਆਪਾਂ ਕਹਿ ਸਕਦੇ ਹਾਂ ਜਿਹੜੀ ਪੰਜਾਬ ਦੀ ਗਾਇਕੀ ਆ ਉਹ ਵਧੀਆ ਪਾਸੇ ਵੱਲ ਨੂੰ ਆ। ਨਹੀਂ, ਆਪਾਂ ਕਿਤੇ ਨਾ ਕਿਤੇ ਕਹਿ ਵੀ ਸਕਦੇ ਹਾਂ ਵੀ ਪੰਜਾਬ ਦੀ ਗਾਇਕੀ ਵਧੀਆ ਪਾਸੇ, ਅੱਜ ਕੱਲ੍ਹ ਦੇ ਦੌਰ 'ਚ ਤਾਂ ਦੇਖਿਆ ਜਾਵੇ ਵਧੀਆ ਪਾਸੇ ਨੂੰ ਹੈ, ਠੀਕ ਹੀ ਆ, ਕਿਉਂਕਿ ਆਪਾਂ ਇੰਨਾ ਮਾੜਾ ਵੀ ਨਹੀਂ ਕਹਿ ਸਕਦੇ। ਬਹੁਤ ਜਿਵੇਂ ਸਿੱਧੂ ਸੀਗਾ ਆਪਣਾ ਮੂਸੇ ਵਾਲਾ ਬਾਈ, ਉਹਨੇ ਉਹ ਲੋਕ ਦੇਖਦੇ ਆ, ਲੋਕ ਨਾ ਨੈਗੇਟਿਵਿਟੀ ਜ਼ਿਆਦਾ ਦੇਖਦੇ ਆ, ਪੋਜ਼ਿਟਿਵਿਟੀ ਬਹੁਤ ਘੱਟ ਦੇਖਦੇ ਆ। ਉਹ ਕਿਤੇ ਨਾ ਕਿਤੇ ਲੋਕ ਕਹਿੰਦੇ ਉਹ ਅਸਲੇ ਨੂੰ ਪ੍ਰਮੋਟ ਕਰਦਾ ਸੀਗਾ, ਅਸਲੇ ਨੂੰ ਵੀ ਕਰਦਾ ਸੀ ਚਲੋ ਮੰਨੇ ਆ, ਪਰ ਉਹ ਕਿਤੇ ਨਾ ਕਿਤੇ ਪੱਗ ਨੂੰ ਵੀ ਬਹੁਤ ਪ੍ਰਮੋਟ ਕਰਦਾ ਸੀ, ਭਾਵੇਂ ਉਹ ਆਪ ਚਲੋ ਮੰਨਿਆ ਦਾੜ੍ਹੀ ਕੱਟੀ ਸੀਗੀ, ਪਰ ਫਿਰ ਵੀ ਉਹ ਪੱਗ ਨੂੰ ਬਹੁਤ ਪ੍ਰਮੋਟ ਦੱਸਦਾ ਸੀ। ਸ਼ੋਅ ਨਹੀਂ ਲੱਗਿਆ ਸੀ ਇੱਕ ਵਾਰ, ਉਹ ਕਹਿੰਦਾ ਸੀ ਮੇਰੀ ਦਾਦੀ ਨੇ ਮੇਰੇ ਕੇਸ ਰੱਖੇ ਸੀਗੇ, ਮੇਰੇ ਡੈਡੀ ਦੇ ਸੱਟ ਲੱਗੀ ਸੀ ਕੁਛ ਕਾਰਨ ਇੱਦਾਂ ਕਰਕੇ, ਵੀ ਮੇਰੀ ਦਾਦੀ ਨੇ ਰੱਖੀ, ਕਹਿੰਦੇ ਸੀ ਵੀ ਇਹ ਕੇਸ ਨਹੀਂ, ਮਰਦਾ ਮਰਜੀ ਇਹ ਪੱਗ 'ਤੇ ਕੇਸ ਨਹੀਂ ਸਿਰ ਤੋਂ ਜਾਣੇ ਚਾਹੀਦੇ। ਅਤੇ ਉਹ ਸੋਚਦਾ ਹੁੰਦਾ ਸੀ ਵੀ ਮੇਰੇ ਨਾ ਵੀ ਮੈਂ ਐਡਾ ਵੱਡਾ ਹੋਣ ਦੇ ਬਾਵਜੂਦ ਵੀ ਜੂੜਾ ਕਹਿੰਦਾ ਮੈਂ ਆਪਣੀ ਮੰਮੀ ਤੋਂ ਕਰਾਉਣਾ ਗਾ, ਅਤੇ ਉਹ ਚੀਜ਼ ਮੈਂ ਸੋਚ ਕੇ ਵੀ ਮੈਂ ਆਪ ਕਰਨ ਲੱਗ, ਮੈਂ ਵੀ ਕਦੇ ਕਦੇ ਜੀ ਕਰਦਾ ਮੰਮਾ ਤੋਂ ਕਰਾਉਣਾ ਹੁੰਦਾ ਜੂੜਾ ਆਪਦੇ ਕੇਸ, ਜਿੱਦਾਂ ਕੇਸੀ ਇਸ਼ਨਾਨ ਕਰਨਾ ਉਹਦੇ ਕੇਸ ਮੰਮਾ ਤੋਂ ਵਹਾਉਣਾ ਮੈਂ ਆਪਦੇ। ਅਤੇ ਬਾਕੀ ਮਤਲਬ ਦੇਖਿਆ ਜਾਵੇ ਬਹੁਤ ਪ੍ਰਮੋਟ ਕਰ ਰਹੇ ਹੈਗੇ ਅੱਜ ਕੱਲ੍ਹ ਦੇ ਗਾਇਕ, ਵਧੀਆ ਪੱਗਾਂ ਬੰਨ ਰਹੇ ਆ ਸਾਰੇ, ਜ਼ਿਆਦਾਤਰ ਦੇਖਿਆ ਜਾਵੇ ਮੁੰਡੇ ਸਾਰੇ ਮਾਡਲ ਵੀ ਜਿਹੜੇ ਹੈਗੇ ਆ ਆਪਣੇ ਸਾਰੇ ਪੱਗਾਂ ਵਾਲੀ ਅੱਜ ਕੱਲ੍ਹ। ਅੱਛਾ, ਜਿੱਦਾਂ ਤੁਸੀਂ ਗੱਲ ਕੀਤੀ ਮੂਸੇ ਵਾਲੇ ਬਾਈ ਦੇ ਬਾਰੇ, ਵੀ ਪੱਗ ਨੂੰ ਉਹ ਬਹੁਤ ਜ਼ਿਆਦਾ ਅੱਗੇ ਪ੍ਰਚਾਰ ਕਰ ਰਹੇ ਨੇ ਪੱਗ ਦਾ, ਅਤੇ ਦਲਜੀਤ ਬਾਈ ਹੋ ਗਏ, ਮੂਸੇ ਵਾਲਾ ਬਾਈ ਹੋ ਗਏ, ਬਿਲਬੋਰਡ ਤੱਕ ਜਾ ਰਹੀ ਹੈ ਪੱਗ, ਆਪਣੇ ਵਾਸਤੇ ਮਾਣ ਵਾਲੀ ਗੱਲ ਹੈ। ਹਾਂਜੀ, ਦੇਖੋ ਮਾਣ ਵਾਲੀ ਗੱਲ ਆ, ਚਲੋ ਆਪਾਂ ਪੱਗਾਂ ਨਹੀਂ ਕਹਿੰਦੇ ਆਪਣੇ ਪੰਜਾਬ ਦੀ ਗਾਇਕੀ 'ਚ, ਇਕੱਲੇ ਮੁੰਡੇ ਨਹੀਂ ਗਾਇਕ, ਕੁੜੀਆਂ ਵੀ ਗਾਇਕੀ ਆ, ਅਤੇ ਉਹ ਗਾਇਕੀ ਜਿਵੇਂ ਕੀ ਕਹਿੰਦੇ ਆ ਪੱਗ ਅਤੇ ਚੁੰਨੀ ਆਪਣੇ ਲਈ ਸਾਰਿਆਂ ਨੂੰ ਇੰਪੋਰਟੈਂਟ ਚੀਜ਼ ਆ ਪੰਜਾਬੀਆਂ ਲਈ, ਕਿਉਂਕਿ ਇਹੀ ਚੀਜ਼ ਆਪਣੀ ਸਾਰਿਆਂ ਤੋਂ ਲੀਡ 'ਤੇ ਮੰਨੀ ਜਾਂਦੀ ਆ, ਵੀ ਜਿਹਨੇ ਪੱਗ ਸੰਭਾਲ ਲਈ ਉਹ ਸਭ ਕੁਝ ਸੰਭਾਲ ਗਿਆ, ਜਿਹਨੇ ਚੁੰਨੀ ਸੰਭਾਲ ਲਈ ਉਹ ਵੀ ਸਭ ਕੁਝ ਸੰਭਾਲ ਗਿਆ। ਅਤੇ ਚੁੰਨੀ ਆਪਾਂ ਗੱਲ ਬਿੱਲਬੋਰਡ 'ਤੇ ਪੱਗਾਂ ਵਾਲਿਆਂ ਦੀ ਫੋਟੋ ਲੱਗਦੀ ਆ ਆਪਣੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ, ਬਿੱਲਬੋਰਡ 'ਤੇ ਜਾਣਾ ਸੌਖੀ ਗੱਲ ਨਹੀਂ। ਅਤੇ ਨਿਮਰਤ ਖਹਿਰਾ ਦੀ ਵੀ ਲੱਗੀ ਸੀ ਬਿੱਲਬੋਰਡ 'ਤੇ ਫੋਟੋ, ਉਹ ਵੀ ਚਲੋ ਆਪਣੇ ਇੱਕ ਕਹਿ ਲਓ ਤੁਸੀਂ ਵੀ ਠੀਕ ਆ। ਅਤੇ ਪੱਗਾਂ ਚੁੰਨੀ ਦੀ ਗੱਲ ਕਰੀਏ ਆਪਾਂ, ਅਤੇ ਪੱਗਾਂ ਵਾਲੇ ਦੀ ਗੱਲ, ਦਲਜੀਤ ਦੋਸਾਂਝ ਆਪਣੇ ਕਿੱਥੇ ਤੱਕ ਵਾਗੇ, ਕਿੱਥੋਂ ਉੱਠੇ ਸੀ ਅਤੇ ਕਿੱਥੇ, ਤੁਸੀਂ ਹੁਣ ਦਲਜੀਤ ਦੋਸਾਂਝ ਦੀ ਗੱਲ, ਦਲਜੀਤ ਦੋਸਾਂਝ ਪਹਿਲਾਂ ਸਟਾਈਲ ਕਿਹੜਾ ਬੰਨਦੇ ਹੁੰਦੇ ਸੀ ਪੱਗ ਦਾ, ਸਿੱਧੀ ਪੱਗ ਬੰਨਦੇ ਸੀ, ਮੋਰਨੀ ਪੱਗ ਬੰਨਦੇ ਹੁੰਦੇ ਸੀ, ਅਤੇ ਅੱਜ ਦੇ ਟਾਈਮ 'ਚ ਉਹ ਵੀ ਹੁਣ ਪੱਗ ਕਿੱਦਾਂ ਮਤਲਬ ਸਟਾਈਲ ਚੇਂਜ ਕਰਿਆ ਉਹਨਾਂ ਨੇ, ਉਹ ਵੀ ਪੱਗ ਸੋਹਣੀ ਲੱਗਦੀ, ਬਹੁਤ ਸੋਹਣੀ ਲੱਗਦੀ ਉਹਨਾਂ ਦੇ ਪੱਗ, ਚਲੋ ਮੰਨਿਆ ਉਹ ਜਿਵੇਂ ਹੋਣ, ਪਰ ਸੋਹਣੀ ਬੰਨੀ ਪੱਗ, ਬਹੁਤ ਸੋਹਣੀ ਬੰਨਦੇ ਉਹ ਵੀ ਹੁਣ। ਜਿੱਦਾਂ ਤੁਸੀਂ ਗੱਲ ਕੀਤੀ ਮਾਂ ਦੇ ਬਾਰੇ ਆਪਣੇ,
ਇਹ ਮੇਰਾ ਵੀ ਦਿਲ ਕਰਦਾ ਕਦੇ ਕਦੇ ਅਸੀਂ ਮੈਂ ਕੇਸ ਆਪਣੇ ਜਿਹੜੇ ਮਾਂ ਤੋਂ ਬਣਵਾਇਆ ਕਰਾਂ, ਕਿੰਨਾ ਕੁ ਪਿਆਰ ਆ ਘਰਦਿਆਂ ਦੇ ਨਾਲ। ਨਹੀਂ ਘਰਦਿਆਂ ਦੇ ਨਾਲ ਜਿਵੇਂ ਮਰਜ਼ੀ, ਜਿੰਨਾ ਮਰਜ਼ੀ ਆਪਾਂ ਲੜੀ ਜਾਈਏ ਭਿੜੀ ਜਾਈਏ, ਚਲੋ ਫੈਮਿਲੀ 'ਚ ਰਹਿੰਦੇ ਹਾਂ, ਫੈਮਿਲੀ 'ਚ ਬਹੁਤ ਕੁਛ ਹੋ ਜਾਂਦਾ, ਚਲੋ ਆਏ ਨਹੀਂ ਵੱਡਾ ਕੋਈ ਗਲਤ ਸਟੈਪ ਨਹੀਂ ਚੱਕੀ ਦਾ, ਅਤੇ ਆਪਾਂ ਘਰਦਿਆਂ ਦੇ ਨਾਲ ਬਹੁਤ ਪਿਆਰ ਆ। ਤੁਸੀਂ ਪੁੱਛ ਰਹੇ ਹੋ ਜਿਵੇਂ ਆਪਾਂ ਘਰਦਿਆਂ ਨੂੰ ਭੈਣਾਂ ਵੀ ਆ, ਮਾਂ ਮੰਮੀ ਡੈਡੀ ਦਾਦਾ ਦਾਦੀ ਚਾਚਾ ਚਾਚੀ ਚਾਚਿਆਂ ਦੇ ਬੇਟੇ ਗਾਂ ਤਾਇਆ ਤਾਈ ਸਭ, ਮਤਲਬ ਐਂ ਲਾ ਲਓ ਵੀ ਅਲੱਗ ਅਲੱਗ ਹੋਣ ਦੇ ਬਾਵਜੂਦ ਵੀ ਜੁਆਇੰਟ ਜੀ ਫੈਮਿਲੀ ਹੈ ਸਾਡੀ, ਪਰ ਘਰਦਿਆਂ ਨਾਲ ਬਹੁਤ ਜ਼ਿਆਦਾ ਪਿਆਰ ਆ। ਫਾਦਰ ਸਾਹਿਬ ਉਹਨਾਂ ਨਾਲ ਵਧੀਆ, ਮਤਲਬ ਕਿ ਇੰਨਾ ਕੁ ਪਿਆਰ ਆ, ਜਦੋਂ ਕੋਈ ਫੰਕਸ਼ਨ ਹੁੰਦਾ ਨਾ ਮੇਰੇ ਦੀਦੀ ਹੋਣੀ ਮੇਰੇ ਮੰਮਾ ਨੂੰ ਤਿਆਰ ਕਰਨ 'ਚ ਲੱਗੇ ਹੁੰਦੇ ਆ ਵੀ ਇਹਨਾਂ ਨੂੰ ਵਧੀਆ ਲੱਗਣ, ਮੈਂ ਆਪਦੇ ਫਾਦਰ ਸਾਹਿਬ ਨੂੰ ਵੀ ਮੈਂ ਚਾਹੇ, ਮਤਲਬ ਚਲੋ ਆਪਾਂ ਨੂੰ ਆਪਣਾ ਪਤਾ ਹੁੰਦਾ ਵੀ ਕਿੱਦਾਂ ਟੌਰ ਕੱਢਣੀ, ਅਤੇ ਫਾਦਰ ਸਾਹਿਬ ਉਹਨਾਂ ਨੂੰ, ਫਾਦਰ ਸਾਹਿਬ ਨੂੰ ਮੈਂ ਕਹਿੰਦਾ ਹੁੰਦਾ ਵੀ ਤੁਹਾਡੇ 'ਚ ਕੋਈ, ਮੈਨੂੰ ਐਂ ਲੱਗਦਾ ਵੀ ਕੋਈ ਚੀਜ਼ ਰਹਿ ਨਾ ਜਾਵੇ, ਮੈਂ ਪੂਰਾ ਤਿਆਰ ਕਰਕੇ ਤੋਰਨਾ ਅੱਜ ਤੁਹਾਨੂੰ। ਅੱਛਾ, ਪੱਗਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਪੱਗ ਦੇ ਨਾਲ ਰੁਤਬਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੱਧ ਜਾਂਦਾ ਬੰਦੇ ਦਾ, ਅਤੇ ਉਹ ਰਿਸਪੈਕਟ ਵੀ ਇੱਕ ਅਲੱਗ ਮਿਲਦੀ ਹੈ ਪੂਰੇ ਲੋਕਾਂ ਦੇ ਵੱਲੋਂ। ਹਾਂਜੀ ਹਾਂ, ਪੱਗ ਬੰਨ ਕੇ ਰੁਤਬਾ ਬਹੁਤ ਉਹਦੀ, ਕਹਿੰਦੇ ਆ ਰਾਜਿਆਂ ਵਰਗਾ ਰੁਤਬਾ ਹੋ ਜਾਂਦਾ ਪੱਗ ਬੰਨ ਕੇ, ਇਹ ਸਿਰ 'ਤੇ ਸਜੀ, ਉਹ ਤਾਂ ਮੂਹਰਲਾ ਬੰਦਾ ਵੀ ਤੁਹਾਡੇ ਜਿਹੜਾ ਬੈਠਾ ਜਾਂ ਖੜਾ ਕੋਈ ਗੱਲ ਕਰਦਾ ਉਹ ਵੀ ਨਿਮਰਤਾ ਜਾਂ ਕੋਈ ਆਪਣਾ ਰਿਸਪੈਕਟ ਨਾਲ ਗੱਲ ਕਰਦਾ ਹੈਗਾ, ਅਤੇ ਜੇ ਕੋਈ ਹੋਰ ਹੋਵੇ ਉਹਨੂੰ ਤਾਂ ਅਗਲਾ ਸਿੱਧਾ ਜਿਹਾ ਵੀ ਬੁਲਾ ਕੇ ਅਗਲਾ ਕਹਿੰਦਾ ਠੀਕ ਆ ਚਲੋ ਓਕੇ, ਅਤੇ ਬਾਕੀ ਜੇ ਕੋਈ ਖੜਾ ਹੋਵੇ ਹੋਰ ਪੱਗ ਵਾਲਾ ਬੰਦਾ ਦੇਖ ਕੇ ਵੈਸੇ ਵੀ ਰਿਸਪੈਕਟ ਕਰਦੇ ਆ। ਅੱਛਾ, ਪੱਗ ਦੇ ਵਿੱਚ ਇੱਕ ਮੈਨੂੰ 50 ਦੀ ਮਹੱਤਤਾ ਬਾਰੇ ਤੁਸੀਂ ਦੱਸੋ, ਕਿਉਂਕਿ ਅੱਜ ਕੱਲ੍ਹ ਕਾਫੀ ਮੈਂ ਦੇਖਦਾ ਹੁੰਦਾ ਵੀ ਕਈ ਬੰਦੇ 50 ਪਾਉਣਾ ਛੱਡ ਗਏ ਨੇ, ਪਤਾ ਨਹੀਂ ਮੈਨੂੰ ਇਹ ਜ਼ਿਆਦਾ ਲੱਗ ਰਿਹਾ ਜਾਂ ਤੁਸੀਂ ਇਸ ਬਾਰੇ ਚਾਨਣਾ ਪਾਓ ਥੋੜ੍ਹਾ। 50 ਦੀ ਮਹੱਤਤਾ ਦੇਖੋ ਇੱਦਾਂ ਸੀ, ਸਿੱਖ ਰੈਜੀਮੈਂਟ ਦਾ ਜਦੋਂ ਚੱਲਦਾ ਸੀ, ਸਿੱਖ ਰੈਜੀਮੈਂਟ ਹੁਣ ਵੀ ਆ, ਅਤੇ ਉਹ ਨਾ ਕਹਿੰਦੇ ਸੀ ਵੀ ਸਾਡੀ ਨਾ ਪੱਗ ਜਿਹੜੀ ਹੈਗੀ ਆ ਇਹ ਛੋਟੀ ਲੱਗਦੀ, ਜਾਂ ਇਹ ਕਹਿੰਦੇ ਸੀ ਵੀ ਸਾਨੂੰ ਵੀ ਕਹਿ ਲਓ ਕੰਫਰਟੇਬਲ ਨਹੀਂ ਰਹਿੰਦੀ, ਅਤੇ ਉਹ ਉਹਦੇ ਕਰਕੇ ਕਹਿੰਦੇ ਸੀ ਵੀ 50 ਤੁਸੀਂ ਵੀ ਪੱਗ ਨਹੀਂ ਵੱਡੀ ਕਰਨੀ, ਵੀ ਤੁਸੀਂ ਇਹਦਾ ਅੱਧ ਨੀਚੇ ਦੀ ਬੰਨ ਲਿਆ ਕਰੋ, ਉਹਨੂੰ 50 ਦਾ ਮੀਨਿੰਗ ਸੀ ਪੱਗ ਦਾ ਅੱਧ, ਪੱਗ ਦਾ ਅੱਧ 50, ਪਰ ਅੱਜ ਦੇ ਟਾਈਮ 'ਚ 50 ਚੱਲ ਰਹੀ ਹੈ ਜਿਹੜੀ, ਅਤੇ ਐਂ ਲਾ ਲਓ ਤੁਸੀਂ ਅੱਧਾ ਮੀਟਰ ਪੌਣੇ ਮੀਟਰ ਦੀ ਲੀਰ, ਉਹਨੂੰ 50 ਦਾ ਰੁਤਬਾ ਅੱਜ ਉਹਦਾ 50 ਨੂੰ ਨਾਮ ਦਿੱਤਾ ਹੋਇਆ ਉਹਦਾ, ਅਤੇ ਜਿਹੜੀ 50 ਦੀ ਉਹਦੀ ਪੱਗ ਤੋਂ ਅੱਧਾ ਕੱਪੜਾ, ਅਤੇ ਮੈਂ ਅੱਜ ਵੀ ਪੱਗ ਦੇ ਅੱਧਾ, ਅਸਲੀ ਪੱਗ ਤਾਂ ਚਲੋ ਪੱਗ ਤਾਂ ਵੱਡੀ ਬੰਨਦੇ ਹਾਂ, ਪਰ ਮੈਂ ਅੱਜ ਵੀ ਪੱਗ ਦੇ ਥੱਲੇ ਦੀ 2.5 ਮੀਟਰ ਦਾ ਪਰਨਾ ਬੰਨਦਾ ਪੱਗ ਦੇ ਨੀਚੇ ਦੀ, ਅਤੇ ਉਹਦੇ ਉੱਪਰ ਦੀ 50 ਬੰਨਦਾ ਫਿਰ ਵੀ ਚਲੋ ਲੀਰ, ਅਤੇ 50 ਦੀ ਸੀਗੀ ਵੀ ਉਹ ਸਿੱਖ ਰੈਜੀਮੈਂਟ ਬੰਨਦੀ ਸੀਗੀ, ਪੱਗ ਤੋਂ ਅੱਧਾ ਕੱਪੜਾ ਪੱਗ ਦੇ ਨੀਚੇ ਦੀ ਬੰਨਦੇ ਸੀਗੇ ਉਹ। ਅੱਛਾ, ਇੱਕ ਪਟਿਆਲਾ ਸ਼ਾਹੀ ਪੱਗ ਦੇ ਬਾਰੇ ਵੀ ਥੋੜ੍ਹਾ ਜਿਹਾ ਚਾਨਣਾ ਪਾਓ, ਕਿੱਦਾਂ ਦੀ ਸਟਾਰਟ ਹੋਈ ਸੀਗੀ ਪਟਿਆਲਾ ਸ਼ਾਹੀ ਪੱਗ? ਪਟਿਆਲਾ ਸ਼ਾਹੀ ਪੱਗ ਤੁਸੀਂ ਲਾ ਲਓ ਵੀ 2009-10 ਦੇ ਵਿੱਚ ਕਰੀਬ, ਮੈਨੂੰ ਲੱਗ, ਮੇਰੇ ਹਿਸਾਬ ਨਾਲ, ਮੈਨੂੰ ਇੰਨਾ ਕੁਛ ਇਹਦੇ ਬਾਰੇ ਪਤਾ ਨਹੀਂ, ਚਲੋ ਅਤੇ ਮੈਂ ਕਹਿ ਸਕਦਾ ਵੀ 9-10 ਦੇ ਵਿੱਚ ਹੋਈ ਹੋਣੀ ਇਹ ਸਟਾਰਟ ਅੰਦਾਜ਼ੇ ਨਾਲ, ਮਤਲਬ ਕਿ ਇਹ ਸਟਾਰਟ ਹੋਈ ਸੀ ਕੁਛ ਪਟਿਆਲੇ ਦੇ ਹੀ ਸੀਗੇ, ਉਹਨਾਂ ਨੇ ਮਤਲਬ ਉਹਨਾਂ ਦੇ ਪਹਿਲਾਂ ਪਿੱਛੋਂ ਬੰਨਦੇ ਆ ਰਹੇ ਸੀ ਟੇਢੀਆਂ ਪੱਗਾਂ, ਅਤੇ ਉਹਨਾਂ ਨੇ ਟੇਢੀ ਪੱਗ ਬੰਨੀ ਵਧੀਆ ਤਰੀਕੇ ਨਾਲ, ਚਲੋ ਪਹਿਲਾਂ ਬੰਨਦੇ ਸੀ ਟੇਢੀਆਂ ਪੱਗਾਂ, ਪਹਿਲਾਂ ਤਾਂ ਆਪਣੇ ਬਜ਼ੁਰਗ ਤੁਸੀਂ ਦੇਖਦੇ ਹੋਵੋਗੇ, ਹੁਣ ਵੀ ਦੇਖਦੇ ਹੋਵੋਗੇ, ਪੂਣੀ ਕਰਦੇ ਕਰਦੇ ਪੱਗ ਬੰਨ ਦਿੰਦੇ ਆ, ਉੱਧਰੋਂ ਗੇਟ ਨਾਲ ਬੰਨੀ ਹੁੰਦੀ ਆ, ਇੱਧਰੋਂ ਮੂੰਹ 'ਚ ਲੜ ਹੁੰਦਾ, ਅਤੇ ਉਹ ਵੀ ਬੰਨੀ ਬਣਾਈ ਦੇ ਗੇੜ ਹੀ ਦਿੰਦੇ ਜਾਂਦੇ ਹੁੰਦੇ ਆ, ਅਤੇ ਪੱਗ ਵੀ ਉਹ ਬਹੁਤ ਸੋਹਣੀ ਬੰਨ ਦਿੰਦੇ ਆ, ਅਤੇ ਉਹੀ ਉਹਨੂੰ ਪੱਗ ਨੂੰ ਥੋੜ੍ਹਾ ਜਿਹਾ ਐਂ ਲਾ ਲਓ ਵੀ ਤੁਸੀਂ ਸੁਧਾਰ ਦਿੱਤਾ, ਉਹ ਥੋੜ੍ਹੀ ਟੇਢੀ ਕਰਕੇ ਉਹ 'ਚ ਸਫਾਈ ਲਿਆਂਦੀ, ਅਤੇ ਉਹਦੇ ਲੜ ਵਧਾ ਤੇ, ਇੱਦਾਂ ਕਰਕੇ ਬਸ ਪਟਿਆਲਾ ਸਾਹਿਬ ਪ੍ਰਚਲਿਤ ਹੋ ਗਈ। ਅੱਛਾ, ਤੁਸੀਂ ਜਿਹੜੇ ਨਾਲ ਦੇ ਤੁਹਾਡੇ ਨੇ ਮੁੰਡੇ ਯਾਰ ਦੋਸਤ ਤੁਹਾਡੇ, ਉਹਨਾਂ ਨੂੰ ਕੀ ਸੁਨੇਹਾ ਦਿੰਦਾ ਹੁੰਦੇ ਹੋ ਫਿਰ ਪੱਗ ਦੇ ਬਾਰੇ?
ਮੇਰੀ ਇਹ ਆਦਤ ਆ ਜਿਵੇਂ ਕਿ ਲੋਕ ਨਾ ਹਰੇ ਕਈ ਹੁੰਦੇ ਆ ਵੀ ਨੋਟ ਨਹੀਂ ਕਰਦੇ ਕੁਛ, ਮੈਂ ਮੇਰੀ ਇਹ ਬਹੁਤ ਆਦਤ ਆ, ਮੈਂ ਨਾ ਬਹੁਤ ਨੋਟ ਕਰਦਾ ਗਾ। ਮੈਂ ਇੱਕ ਸਭ ਤੋਂ ਵੱਧ ਨੋਟ ਕਰਦਾ ਡਰੈਸਿੰਗ ਸੈਂਸ ਬੰਦੇ ਦੀ, ਹਰੇਕ ਦੀ ਨੋਟ ਕਰਦਾ ਮੈਂ, ਪਤਾ ਨਹੀਂ ਮੈਨੂੰ ਇਹ ਅੰਦਰ ਹੀ ਆ। ਇੱਕ ਮੈਨੂੰ ਇਹ ਬਹੁਤ ਆਦਤ, ਜੇ ਮੇਰੇ ਮੂਹਰੇ ਕੋਈ ਪੱਗ ਬੰਨੀ ਖੜਾ ਹੋਵੇ, ਚਾਹੇ ਉਹਨੇ 6 ਲੜੀ ਲਾਇਆ, ਇੱਕ ਆਪਣਾ ਹੁੰਦਾ ਨਜ਼ਰੀਆ ਵੀ ਅੱਖਾਂ 'ਚ ਦੇਖ ਲਈਆਂ ਵੀ 6 ਲੜ ਲੱਗੇ, 1 ਮਿੰਟ 'ਚ ਗਿਣੇ ਜਾਂਦੇ ਆ, ਪਰ ਮੈਂ ਉਹਦੇ ਲੜ ਦੁਬਾਰੇ ਗਿਣ ਨਹੀਂ ਗਿਣਨੇ ਆ। ਮੈਂ 6 ਲੜ ਵੀ ਲੜ ਗਿਣਨ ਦੀ ਮੈਨੂੰ ਬਹੁਤ ਆ, ਮੈਂ ਲੜ ਗਿਣਦਾ ਕਿਸੇ ਨੇ 15 ਲੜੀ ਬੰਨੀ ਆ, 18 ਲੜੀ ਬੰਨੀ, ਜਿੰਨੀ ਮਰਜ਼ੀ ਮੈਂ ਉਹਦੇ ਲੜ ਗਿਣ ਨਹੀਂ ਗਿਣਿਆ, ਪੂਰੀ ਬਰੀਕੀ 'ਚ ਵੀ ਗਿਣਨੇ ਪੈਂਦੇ ਤਾਂ ਵੀ ਗਿਣਦਾ ਮੈਂ। ਮੈਂ ਇਹੀ ਜੇ ਮੇਰੇ ਨਾਲ ਮੁੰਡੇ ਯੂਨੀਵਰਸਿਟੀ ਦੇ ਆ, ਮੈਂ ਉਹਨਾਂ ਨੂੰ ਦੇਖਦਾ, ਜੇ ਮੇਰੇ ਮੂਹਰੇ ਆ ਜਾਣੇ ਮੈਂ ਉਹਨਾਂ ਨੂੰ ਦੇਖਣ ਲੱਗ ਜਾਣਾ, ਮੈਂ ਕਹਿਣਾ ਉਹਨਾਂ ਵੀ ਤੂੰ ਥੋੜ੍ਹੀ ਜਿਹੀ ਪੱਗ ਦੀ ਐਂ ਸੈਟਿੰਗ ਕਰ ਲਾ, ਵੀ ਥੋੜ੍ਹੀ ਜਿਹੀ ਇੱਥੋਂ ਐਂ ਕਰ ਲਾ, ਤੇਰੀ ਪੱਗ ਦੀ ਹੋਰ ਸ਼ੇਪ ਥੋੜ੍ਹੀ ਜਿਹੀ ਸੁਧਰ ਜੂਗੀ, ਬੰਦੇ ਸਾਰੀ ਸੋਹਣੀ ਆ। ਚਲੋ ਆਪਾਂ ਨੂੰ ਐਂ ਹੁੰਦਾ ਵੀ ਜੇ ਬੰਦਾ ਕੋਸ਼ਿਸ਼ ਕਰਦਾ ਤਾਂ ਆਪਾਂ ਉਹਨੂੰ ਹੋਰ ਗੁਣ ਭਰੀਏ, ਅਤੇ ਮੈਂ ਉਹਨੂੰ ਕਹਿਣਾ ਹੁੰਦਾ ਵੀ ਤੂੰ ਇੱਧਰ ਥੋੜ੍ਹਾ ਜਿਹਾ ਕੱਪੜਾ ਰੱਖ ਲਿਆ ਕਰ, ਜਾਂ ਤਾਂ ਵੀ ਜਾਂ ਥੋੜ੍ਹਾ ਜਿਹਾ ਲੜ ਵਧਾ ਲਿਆ ਕਰ, ਘਟਾ ਲਿਆ ਕਰ, ਲੜ ਫਲਾਵਟ ਕਰ ਲਿਆ, ਇੱਦਾਂ ਦੀ ਐਡਵਾਈਜ਼ਾਂ ਮੈਂ ਆਪਦੇ ਨਾਲ ਦਿਆਂ ਨੂੰ ਦਿੰਦਾ ਰਹਿੰਦਾ। ਅੱਛਾ, ਪਿੱਛੇ ਵੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀਗੀ, ਤੁਸੀਂ ਪੱਗ ਦੇ ਵਿੱਚ ਪਿੱਛੇ ਇੱਧਰ ਆਪਣੇ ਸਨਗਲਾਸਸ ਪਾਏ ਹੋਏ ਸੀਗੇ, ਚਸ਼ਮੇ ਕਹਿ ਸਕਦੇ ਹੋ, ਇਹ ਵੀ ਤੁਹਾਡਾ ਇੱਕ ਸਟਾਈਲ ਸੀ? ਹਾਂਜੀ ਬਾਈ ਜੀ, ਤੁਸੀਂ ਸਹੀ ਹੋ ਕਿਹਾ, ਮੈਂ ਆਪਣੇ ਦਫੇੜਾ ਸਾਹਿਬ ਦਸਤਾਰ ਅਵਾਰਡ ਸੀਗਾ 2023, ਜੋ ਕਿ ਵਿਰਸਾ ਸਵਾਲ ਸਰਦਾਰੀ ਲਹਿਰ ਦੇ ਬਹੁਤ ਸਹਿਯੋਗ ਨਾਲ ਕਰਾਇਆ ਗਿਆ ਸੀ, ਅਤੇ ਆਪਣੇ ਬਾਬਾ ਜੀ ਗੰਡੂਆ ਸਾਹਿਬ ਵਾਲੇ ਅਤੇ ਹੰਸਾਲੀ ਸਾਹਿਬ ਵਾਲੇ ਬਾਬਾ ਜੀ ਨੇ, ਉਹਨਾਂ ਦੇ ਸਫਰ ਸਹਾਇਤ ਕਰਾਇਆ ਗਿਆ ਸੀ, ਅਤੇ ਉੱਥੇ ਆਏ ਸੀ ਆਪਣੇ ਕ੍ਰਿਕਟਰ ਯੁਵਰਾਜ ਜੀ। ਉਹ ਜਦੋਂ ਸਾਨੂੰ ਉੱਥੇ ਅਵਾਰਡ ਮਿਲੇ ਸੀ, ਟਰਬਨ ਕਿੰਗ ਅਵਾਰਡ ਮਿਲਿਆ ਸੀ ਮੈਨੂੰ, ਅਤੇ ਜਦੋਂ ਮੈਂ ਅਵਾਰਡ ਲੈਣ ਆਇਆ ਇੱਧਰੋਂ, ਅਤੇ ਮੈਂ ਉਹ ਖੜ੍ਹੇ ਸੀ ਉੱਪਰ ਮੇਰੇ ਸਟੇਜ ਦੇ ਬੈਕ ਸਾਈਡ, ਮੈਂ ਨੀਚੇ ਸੀ, ਵੀਰੇ ਹੁਣੀ ਸਾਈਡਾਂ 'ਤੇ ਖੜ੍ਹੇ। ਜਦੋਂ ਮੈਂ ਆਇਆ ਮੈਂ ਇੱਦਾਂ ਟਰਨ ਕੀਤਾ, ਅਤੇ ਮੇਰੀ ਪੱਗ ਦੀ ਸ਼ੇਪ ਉੱਪਰੋਂ ਦੇਖੀ ਉਹਨਾਂ ਨੇ, ਅਤੇ ਮੇਰੇ ਨਾ ਮੈਂ ਮੇਰੀ ਆਦਤ ਆ ਮੈਂ ਪੱਗ 'ਚ ਰੱਖਦਾ ਗਾ, ਆ ਇੱਧਰ ਐਨਕਾਂ ਆਹ ਪੱਗ 'ਚ ਪਈਆਂ, ਇੱਧਰ ਵੀ ਰੱਖਦਾ ਮੈਂ, ਕੱਢ ਕੇ ਦਿਖਾ ਦਿਓ ਇੱਕ ਵਾਰ, ਅਤੇ ਮੈਂ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਪੱਗ 'ਚ ਹੀ ਰੱਖਦਾ ਐਨਕਾਂ। ਮੈਨੂੰ ਬਹੁਤ ਕਹਿੰਦੇ ਸਾਡੇ ਫਿੱਟ ਨਹੀਂ ਆਉਂਦੀ, ਸਾਡੇ ਐਂ ਨਹੀਂ ਆਉਂਦੀਆਂ, ਤੁਸੀਂ ਦੇਖ ਸਕਦੇ ਹੋ ਮੈਂ ਪੱਗ ਦੀ ਡੰਡੀਆਂ ਵੀ ਨਾਲ ਲਾਈਆਂ ਪਈਆਂ ਐਨਕ ਦੀਆਂ ਪੱਗ 'ਚ ਰੱਖਣ ਕਰਕੇ। ਅਤੇ ਉਹ ਸੀਗਾ ਯੁਵਰਾਜ ਜੀ ਨੇ ਦੇਖਿਆ ਉੱਪਰੋਂ, ਉਹਨਾਂ ਦੀ ਉੱਪਰ ਹੀ ਨਿਗਾਹ ਪਈ ਸਿੱਧੀ, ਉਹ ਬੋਲੇ ਕਿ ਕਹਿੰਦੇ ਚਸ਼ਮਾ ਰੱਖਣ ਦੀ ਜਗ੍ਹਾ ਬੜੀ ਢੁਕਵੀਂ ਹੈ ਤੇਰੀ, ਅਤੇ ਮੈਂ ਉੱਪਰ ਦੇਖਿਆ ਨਹੀਂ, ਮੈਂ ਐਂ ਕਰਕੇ ਮੈਂ ਚਲੋ ਸਨਮਾਨ, ਵੀਡੀਓ ਬਣ ਰਹੀ ਸੀ ਸਾਹਮਣੇ, ਰਿਪੋਰਟਰ ਖੜ੍ਹੇ ਸੀਗੇ, ਅਤੇ ਵੀਰੇ ਹੁਣੀ ਕਹਿੰਦੇ ਬੰਦਾ ਵੀ ਸਾਡਾ ਮਤਲਬ ਥੋੜ੍ਹਾ ਜਿਹਾ ਖਾਸ ਹੀ ਆ। ਅਤੇ ਉਸ ਤੋਂ ਬਾਅਦ ਉਹ ਨਾ ਮੈਂ ਨੀਚੇ ਉਹੀ ਵਰਡਿੰਗ ਲਿਖ ਕੇ ਯੁਵਰਾਜ ਜੀ ਦੀ ਰੀਲ ਪਾਤੀ ਸੀ, ਉਹ ਰੀਲ ਵਧੀਆ ਮਤਲਬ ਚਲੋ ਗੇਨਿੰਗ ਹੋਈ ਆ ਉਹਦੀ, ਉਹ ਮਿਲੀਅਨ ਤਾਂ ਕਾਫੀ 3 ਮਿਲੀਅਨ 'ਤੇ ਚਲੀ ਗਈ ਸੀ, ਅਤੇ ਉਹਦੇ ਨਾਲ ਮੈਨੂੰ ਨਾ ਲੋਕ ਮਤਲਬ ਕਹਿ ਸਕਦੇ ਤੁਸੀਂ ਵੀ ਲੋਕ ਸ਼ਕਲ ਨਹੀਂ ਪਛਾਣਦੇ ਆਪਣੀ, ਅਤੇ ਚੀਜ਼ ਹੀ ਪਛਾਣ ਪਿੱਛੋਂ ਦੇਖ ਕੇ ਪੱਗ, ਕਈ ਨਾਲ ਮੈਨੂੰ ਪੁੱਛਿਆ ਵੀ ਵੀਰੇ ਤੁਹਾਡੀ ਵੀਡੀਓ ਸੀ, ਮੈਂ ਕਹਿੰਦਾ ਵੀ ਚਲੋ ਹਾਂ ਆਪਣੀ ਵੀਡੀਓ ਸੀ, ਚਲੋ ਚੱਲਦੀਆਂ ਰਹਿੰਦੀਆਂ ਵੀਡੀਓ, ਇਹ ਤਾਂ ਕੋਈ ਚੱਕਰ ਨਹੀਂ ਅੱਡਾ, ਪਰ ਜਿਹੜਾ ਮੈਨੂੰ ਐਨਕ ਕਰਕੇ ਹੋਇਆ, ਕਈਆਂ ਨੇ ਬਹੁਤ ਮਤਲਬ ਇਤਰਾਜ਼ ਜਿਹਾ ਵੀ ਕੀਤਾ, ਨੈਗੇਟਿਵਿਟੀ ਵੀ ਆਈ ਆ, ਕੋਈ ਗੱਲ ਨਹੀਂ, ਜੇ ਪੋਜ਼ਿਟਿਵਿਟੀ ਆਉਂਦੀ ਆ ਤਾਂ ਉਹ ਤੋਂ 100% 'ਚੋਂ 10% ਨੈਗੇਟਿਵਿਟੀ ਵੀ ਹੁੰਦੀ ਆ। ਕਈਆਂ ਨੇ ਕਿਹਾ ਤੂੰ ਬੇਅਦਬੀ ਕਰਦਾ, ਤੂੰ ਇਹ ਕਰਦਾ ਵੋ ਕਰਦਾ, ਨਹੀਂ ਕੋਈ ਚੱਕਰ ਨਹੀਂ ਗਾ, ਕੀ ਕਹਿ ਸਕਦੇ ਹਾਂ, ਬਾਜ ਵੀ ਰੱਖਦਾ ਇੱਧਰ, ਬਾਜ ਵੀ ਪਿਆ, ਐਨਕ ਸਟਾਈਲ ਆਪਦਾ ਆਪਦਾ ਸਾਰੇ, ਜੇ ਹੁਣ ਹੋਰਾਂ ਦੀ ਸੁਣਦੇ ਹਾਂ ਤਾਂ ਔਖਾ ਆ, ਚਲੋ ਮੰਨਿਆ ਆਪਦੀ ਆਪਦੀ ਜਗ੍ਹਾ ਸਾਰੀ ਠੀਕ ਆ, ਪਰ ਹੁਣ ਮੈਂ ਪੱਗ 'ਚ ਐਨਕਾਂ, ਐਂ ਨਹੀਂ ਕਹਿੰਦੇ ਵੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਆਦਾ ਰੱਖਣ ਲੱਗਿਆ, ਮੈਂ ਪਹਿਲਾਂ ਤੋਂ ਹੀ ਰੱਖਦਾ ਸੀਗਾ, ਪਹਿਲਾਂ ਤੋਂ ਹੀ ਮੈਂ ਬਹੁਤ ਰੱਖਦਾ, ਮੈਨੂੰ ਹੋ ਗਏ ਘੱਟੋ ਘੱਟ 1.5 ਸਾਲ 2 ਸਾਲ ਵਾਂਗੂ ਹੋ ਗਿਆ ਮੈਨੂੰ ਪੱਗ 'ਚ ਐਨਕਾਂ ਰੱਖਦੇ ਨੂੰ।
ਅੱਛਾ, ਤੁਸੀਂ ਪੰਜਾਬੀ ਮਾਂ ਬੋਲੀ ਬੜੀ ਸਾਫ ਸੁਧਰੀ ਬੋਲ ਰਹੇ ਹੋ, ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਕੁ ਪਿਆਰ ਆ ਤੁਹਾਡਾ ਆਪਣਾ? ਬਾਈ ਜੀ, ਪੰਜਾਬੀ ਮਾਂ ਬੋਲੀ ਦੇ ਨਾਲ ਤੁਸੀਂ ਬਸ ਇੱਦਾਂ ਲਾ ਲਓ ਵੀ ਬਹੁਤ ਪਿਆਰ ਹੈਗਾ। ਮੈਂ ਲਾ ਲਓ ਵੀ ਜੇ ਤੁਸੀਂ ਮੇਰੇ ਮੂਹਰੇ ਕੋਈ ਆਉਂਦਾ ਹਿੰਦੀ 'ਚ ਗੱਲ, ਇੱਕ ਮੈਂ ਤੁਹਾਨੂੰ ਦੱਸ ਹੀ ਦਿੰਦਾ, ਮੈਂ ਮੈਰਿਜ 'ਤੇ ਗਿਆ, ਮੈਂ ਨਾ ਉੱਥੇ ਉਹਨੂੰ ਪੁੱਛੀ ਜਾ, ਮੈਂ ਵੇਟਰ ਸੀਗਾ, ਮੈਂ ਉਹਨੂੰ ਕੁਝ ਪੁੱਛ ਰਿਹਾ ਸੀਗਾ, ਮੈਨੂੰ ਕਹਿੰਦਾ ਹਿੰਦੀ ਬੋਲੋ। ਮੈਂ ਕਿਉਂ ਹਿੰਦੀ ਬੋਲਾਂ, ਮੈਂ ਤੂੰ ਕੰਮ ਕਰਨਾ ਆ ਪੰਜਾਬ 'ਚ, ਤੂੰ ਪੰਜਾਬੀ ਬੋਲ, ਮੈਂ ਉਹਨੂੰ ਕਿਹਾ। ਉਹ ਵਿਚਾਰਾ ਹੱਸ ਗਏ ਜੇ, ਮੈਂ ਕਿਹਾ ਚੱਲ ਕੋਈ ਗੱਲ ਨਹੀਂ ਭਰਾਵਾ, ਤੇਰੀ ਵੀ ਕੋਈ ਮਜਬੂਰੀ ਆ ਅਤੇ ਤੂੰ ਜਾ ਸਕਦਾ, ਮੈਂ ਉਹਨੂੰ ਕੁਝ ਨਹੀਂ, ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਵੈਸੇ ਮੈਂ ਪੰਜਾਬੀ ਮੈਂ ਨਾ ਇਹ ਚੀਜ਼ ਦੱਸਦਾ ਨਾ ਹਰੇਕ ਨੂੰ ਵੀ ਤੁਸੀਂ ਇਹ ਨਾ ਮੈਟਰ ਕਰੋ ਵੀ ਜੇ ਮੂਰਲਾ ਬੰਦਾ ਤੁਹਾਡੇ ਜਿੱਡਾ ਮਰਜ਼ੀ ਹੋਵੇ, ਵੀ ਜੇ ਤੁਸੀਂ ਇੰਗਲਿਸ਼ 'ਚ ਜਾਂ ਹਿੰਦੀ 'ਚ ਗੱਲ ਕਰੋਗੇ ਵੀ ਉਹ ਤਾਂ ਹੀ ਤੁਹਾਡਾ ਵੀ ਤੁਹਾਡੀ ਪਰਸਨੈਲਿਟੀ ਆ ਵੀ ਤਾਂ ਸਮਝੂਗਾ ਵੀ ਇਹ ਵੱਡਾ ਕਿੱਡੇ ਕਿੱਡੇ ਕੁ ਲੈਵਲ ਦਾ ਬੰਦਾ ਇਹ। ਮੈਂ ਕਿਹਾ ਇਹ ਨਹੀਂ, ਮੈਂ ਜਿਹੜੀ ਸ਼ਬਦ ਬੋਲੀ 'ਚ ਤੁਸੀਂ ਸ਼ਬਦਾਵਲੀ 'ਚ ਕੰਫਰਟੇਬਲ ਹੋ, ਜਿਹੜੀ ਤੁਸੀਂ ਚੰਗੀ ਤਰ੍ਹਾਂ ਬੋਲ ਸਕਦੇ ਹੋ ਉਹ 'ਚ ਬੋਲੋ। ਵੀ ਹੁਣ ਤੁਸੀਂ ਇਹ ਨਾ ਹੋਵੇ ਤੁਸੀਂ ਆਪਦਾ ਨਾਮ ਇੰਟਰੋ ਆਪਦੀ ਇੰਗਲਿਸ਼ 'ਚ ਦੇ ਤੀ, ਉਦੋਂ ਅੱਗੇ ਪੰਜਾਬੀ 'ਚ ਹੋ ਗਏ, ਗਾਂਹ ਜਾ ਕੇ ਤੁਹਾਡੇ ਸਾਹਮਣੇ ਵਾਲਾ ਹਿੰਦੀ 'ਚ ਹੋ ਗਿਆ ਅਤੇ ਤੁਸੀਂ ਹਿੰਦੀ 'ਚ ਹੋ ਜਾਓ, ਇਹ ਨਹੀਂ ਹੋਣਾ ਚਾਹੀਦਾ। ਇੱਕ ਸ਼ਬਦ ਇੱਕ ਬੋਲੀ ਚੁਣੋ ਆਪਦੀ, ਚਲੋ ਮੰਨਿਆ ਸਿੱਖੋ ਸਾਰੀਆਂ, ਸਿੱਖਣ 'ਚ ਕੋਈ ਹਰਜ ਨਹੀਂ, ਆਪਾਂ ਨੂੰ ਹਿੰਦੀ ਵੀ ਸਿੱਖੋ, ਉਰਦੂ ਵੀ ਸਿੱਖੋ, ਇੰਗਲਿਸ਼ ਵੀ ਸਿੱਖੋ, ਪੰਜਾਬੀ ਤਾਂ ਆਪਣੀ ਮਾਂ ਹੀ ਆ, ਚਲੋ ਮਾਂ ਬੋਲੀ ਹੈ ਤਾਂ ਸਿੱਖ ਸਿੱਖ ਹੀ ਸਿਖਾਈ ਹੋ ਆਪਣੀ ਮੁੱਢ ਤੋਂ ਹੀ ਆ, ਅਤੇ ਸਿੱਖਣ 'ਚ ਕੋਈ ਹਰਜ ਨਹੀਂ, ਬੋਲੋ ਉਹ 'ਚ ਜਿੱਥੇ ਤੁਸੀਂ ਕੰਫਰਟੇਬਲ ਹੋ, ਇੰਗਲਿਸ਼ ਵੀ ਬੋਲੋ, ਜਿੱਥੇ ਇੰਗਲਿਸ਼ ਬੋਲਣ ਦੀ ਜਗ੍ਹਾ ਉੱਥੇ ਇੰਗਲਿਸ਼ ਵੀ ਬੋਲੋ। ਅੱਛਾ, ਸਾਡੇ ਦਰਸ਼ਕਾਂ ਦੇ ਵਾਸਤੇ ਇੱਕ ਹੋਰ ਸੁਨੇਹਾ ਸੀਗਾ, 21 ਫਰਵਰੀ ਕੌਮਾਂਤਰੀ ਭਾਸ਼ਾ, ਕੌਮਾਂਤਰੀ ਭਾਸ਼ਾ ਦਿਵਸ ਦੀਆਂ ਤੁਹਾਡੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਤੁਹਾਨੂੰ ਤੁਹਾਡੇ ਆਪਣੀ ਮਾਂ ਬੋਲੀ ਦੀ ਬਹੁਤ ਬਹੁਤ ਮੁਬਾਰਕਾਂ, ਮਾਣ ਕਰੋ ਤੁਸੀਂ ਆਪਣੀਆਂ ਬੋਲੀਆਂ ਦੇ ਉੱਤੇ, ਸਾਨੂੰ ਵੀ ਮਾਣ ਆ ਸਾਡੀ ਪੰਜਾਬੀ ਮਾਂ ਬੋਲੀ ਦੇ ਉੱਤੇ, ਅਤੇ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤਰਨ, ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਆਪਣੇ ਪੰਜਾਬੀ ਵਿਰਸਾ ਤੁਸੀਂ ਬਹੁਤ ਸੋਹਣਾ ਸੰਭਾਲ ਕੇ ਰੱਖਿਆ ਹੋਇਆ। ਥੈਂਕ ਯੂ ਬਾਈ ਜੀ, ਥੈਂਕ ਯੂ, ਪਹਿਲਾਂ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇੰਨੀਆਂ ਮੈਨੂੰ ਬਲੈਸਿੰਗਸ ਦੇ ਰਹੇ ਹੋ ਅਤੇ ਮਤਲਬ ਤੁਸੀਂ ਇੰਨਾ ਮੈਨੂੰ ਮਤਲਬ ਕਹਿਣ ਦਾ ਭਾਵ ਮੋਟੀਵੇਟ ਕਰ ਰਹੇ ਹੋ, ਅਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਆਪ ਪੰਜਾਬ ਨਾ ਛੱਡੋ, ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕਹਿ ਰਿਹਾ, ਕਿਉਂਕਿ ਇੱਕ ਨਜ਼ਰੀਆ ਹੁੰਦਾ, ਲੋਕ ਕਹਿੰਦੇ ਬਾਹਰ ਇਹ ਆ, ਬਾਹਰ ਵੋ ਆ, ਕੀ ਆ ਬਾਹਰ, ਦਿਹਾੜੀਆਂ ਹੀ ਆ, ਦਿਹਾੜੀਆਂ ਕਰਕੇ ਪੈਸਾ ਹੀ ਆ, ਪੈਸਾ ਕੀ, ਪੈਸਾ ਹੀ ਆ, ਪੈਸਾ ਇੱਧਰ ਕਮਾ ਲਓ, ਕੋਈ ਚੰਗਾ ਕੰਮ ਕਰੋ, ਕੋਈ ਦੇਖੋ ਵੀ ਅਸੀਂ ਕੀ, ਆਪਦੇ ਅੰਦਰ ਨੂੰ ਤਰਾਸੋ, ਪਹਿਲੀ ਗੱਲ ਆਪਦਾ ਤਰਾਸੋ ਅੰਦਰੋਂ ਵੀ ਮੇਰੇ 'ਚ ਕੀ ਗੁਣ ਆ, ਉਹ ਗੁਣ ਨੂੰ ਅੱਗੇ ਪ੍ਰਮੋਟ ਕਰੋ, ਉਹ ਗੁਣ ਤੁਹਾਨੂੰ ਬਹੁਤ ਅੱਗੇ ਲਿਜਾ ਸਕਦਾ। ਜਿਵੇਂ ਗੋਡ ਗਿਫਟ ਆ ਮੈਨੂੰ ਪੱਗਾਂ ਦਾ, ਜੋ ਕਿ ਮੈਨੂੰ ਅੱਜ ਤੋਂ ਲਾ ਲਓ ਤੁਸੀਂ 10 ਤੋਂ 11 ਸਾਲ ਪਹਿਲਾਂ ਦਾ, ਜਦੋਂ ਦਾ ਮੈਂ ਕੰਪੀਟੀਸ਼ਨ ਪਾਰਟੀਸਪੇਟ ਹਾਂ, ਬਾਅਦ 'ਚ ਮੈਂ ਆਪਣੇ ਮੁਕਾਬਲੇ ਛੱਡਤੇ ਸੀ ਦਸਤਾਰ ਮੁਕਾਬਲੇ, ਅਤੇ 10 ਕੁ ਸਾਲ ਪਹਿਲਾਂ ਦਾ ਗੋਡ ਗਿਫਟ ਆ ਮੈਨੂੰ, ਕਿਸੇ ਨੇ ਨਹੀਂ ਸਿਖਾਈ, ਕਿਸੇ ਇੱਕ ਬੰਦੇ ਤੋਂ ਸਿੱਖੀ, 3 ਦਿਨ ਲਾਏ ਸੀ ਮੈਂ ਉਹਦੇ ਕੋਲ, ਉਹ ਵੀ ਮੈਂ ਮੇਨ ਮੇਨ ਟਿਪਸ ਜੇ ਲੈਣ ਲਈ ਬਸ, ਉਦੋਂ ਬਾਅਦ ਮੇਰੀ ਪ੍ਰੈਕਟਿਸ ਚੱਲੀ ਆ। ਅਤੇ ਮੈਂ ਤਾਂ ਇਹੀ ਕਹਿਣਾ ਵੀ ਇੱਕ ਤਾਂ ਪੰਜਾਬ ਸਾਂਭਲੋ, ਠੀਕ ਹੈ, ਪੰਜਾਬ ਨਾ ਛੱਡੋ, ਜਾਓ ਬਾਹਰ, ਮੈਂ ਨਹੀਂ ਕਹਿੰਦਾ ਜਾਓ, ਮੈਂ ਵੀ ਜਾਊਂ ਕਦੇ ਨਾ ਕਦੇ, ਰੱਬ ਕਰੇ ਟਾਈਮ ਆਵੇ, ਜਾਵਾਂਗੇ ਜ਼ਰੂਰ, ਘੁੰਮ ਫਿਰ ਕੇ ਆਓ, ਦੇਖੋ ਵਾਲਾ ਮਤਲਬ ਵਧੀਆ ਇੰਜੋਏ ਕਰੋ, ਅਤੇ ਜਿਹੜਾ ਪੰਜਾਬ ਆ ਨਾ ਉਹ ਪੰਜਾਬ ਹੀ ਆ, ਪੰਜਾਬ ਵਰਗੀ ਐਸ਼ ਕਿਤੇ ਨਹੀਂ। ਅਤੇ ਬਾਕੀ ਮੈਂ ਇਹੀ ਕਹਿਣਾ ਵੀ ਪੱਗਾਂ ਦਾ ਆਪਣਾ ਕਰੇਜ਼ ਵੱਧ ਤਾਂ ਰਿਹਾ, ਪਰ ਵਧਣ ਦੇ ਨਾਲ ਨਾਲ ਸੰਭੋ ਵੀ, ਇਹਦੀ ਇੱਜ਼ਤ ਕਰੋ, ਜੇ ਸਿਰ 'ਤੇ ਬੰਨੀ ਆ ਤਾਂ ਕੁਝ ਇਲਾਜ ਰੱਖੋ, ਅਤੇ ਮੈਂ ਇਹੀ ਮੇਰਾ ਸੁਨੇਹਾ, ਅਤੇ ਬਚਾ ਸਕਦੇ ਹੋ ਬਹੁਤ ਧੰਨਵਾਦ ਹੋਊਗਾ ਸਾਰਿਆਂ ਦਾ, ਪੰਜਾਬ ਬਚਾ ਲਓ, ਤੁਹਾਨੂੰ ਪਤਾ ਹੀ ਆ ਬਹੁਤ ਸੰਘਰਸ਼ ਚੱਲ ਰਿਹਾ ਆਪਣੇ ਪੰਜਾਬ 'ਤੇ, ਕਦੇ ਕਿਸਾਨਾਂ ਦਾ ਹੋ ਜਾਂਦਾ, ਕਦੇ
ਲੋਕਡਾਊਨ 'ਚ ਪਹਿਲ ਬਹੁਤ ਮਾਰ ਪਈ ਹੈ ਆਪਣੇ ਪੰਜਾਬ ਨੂੰ, ਕਦੇ ਕੁਛ ਹੋ ਜਾਂਦਾ, ਕਦੇ ਹੜ੍ਹ ਆ ਜਾਂਦੇ ਆ, ਕਦੇ ਕੁਛ। ਇਸ ਲਈ ਕਹਿਣਾ ਵੀ ਪੰਜਾਬ ਬਚਾ ਲਓ, ਕਿਉਂਕਿ ਅੱਜ ਕੱਲ੍ਹ ਦੇ ਟਾਈਮ 'ਚ ਜੇ ਮੇਲੇ ਵਗੈਰਾ ਜਾਂ ਕੁਛ ਵੀ ਹੈ ਨਾ, ਉਹਨਾਂ 'ਚ ਭੀੜ ਦੇਖਣ ਨੂੰ ਨਹੀਂ ਮਿਲਦੀ, ਕਿਉਂਕਿ ਸਾਰੀ ਤਾਂ ਨੌਜਵਾਨ ਪੀੜ੍ਹੀ ਬਾਹਰ ਚਲੀ ਗਈ। ਕੁਛ ਵੀ ਹੋ ਸਕਦਾ, ਚਲੋ ਕਹਿ ਸਕਦੇ ਕਿਸੇ ਦੀ ਮਜਬੂਰੀ ਹੁੰਦੀ ਹੈ, ਕਿਸੇ ਨੂੰ ਸ਼ੌਂਕ ਹੁੰਦਾ। ਅੱਛਾ, ਕਿਸਾਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਸਾਨ ਅੰਦੋਲਨ ਦੇ ਲੈ ਕੇ ਕਦੋਂ ਜਾ ਰਹੇ ਹੋ ਉੱਥੇ? ਕਿਸਾਨ ਅੰਦੋਲਨ 'ਤੇ ਟਾਈਮ ਲੱਗਿਆ, ਜ਼ਰੂਰ ਪਹੁੰਚਾਂਗੇ ਜੀ। ਦੇਖੋ ਅਤੇ ਕੁਛ ਚਲੋ ਹੁੰਦੀਆਂ ਆਪਣੀਆਂ ਪ੍ਰੋਬਲਮਸ ਹੁੰਦੀਆਂ, ਜਾਇਆ ਵੀ ਨਹੀਂ ਜਾਂਦਾ। ਚਲੋ ਜੇ ਟਾਈਮ ਲੱਗਿਆ ਜ਼ਰੂਰ ਜਾਵਾਂਗੇ। ਮੈਂ ਪਿਛਲੀ ਵਾਰ ਵੀ ਸੋਚਿਆ ਜੀ ਮੈਂ ਜਾਊਂਗਾ, ਪਰ ਮੈਂ ਤਾਂ ਜਾਇਆ ਨਹੀਂ ਗਿਆ। ਅਤੇ ਜਿੱਦਾਂ ਜੇ ਗਏ ਜ਼ਰੂਰ ਤੁਹਾਨੂੰ ਵੀਡੀਓ ਪਾਵਾਂਗੇ ਬਣਾ ਕੇ। ਅਤੇ ਕਿਸਾਨ ਅੰਦੋਲਨ 'ਚ ਮੈਂ ਇਹੀ ਕਹਿਣਾ ਵੀ ਉਹਨਾਂ ਨਾਲ ਡਟ ਕੇ ਜਾਂ ਤਾਂ ਖੜੋ ਹੁਣ, ਕਿਉਂਕਿ ਖੜੇ ਆ ਉਹ ਵੀ ਵਿਚਾਰੇ। ਕੀ ਮੀਂਹ ਨਾ, ਪਿੱਛੇ ਮੀਂਹ ਆ ਗਿਆ, ਪਰਸੋਂ ਕਿੰਨਾ ਮੀਂਹ ਪਿਆ ਉੱਥੇ, ਬਹੁਤ ਕੁਝ ਹੋ ਰਿਹਾ। ਕਦੇ ਉਹ ਗਏ ਸੀ, ਕਿੰਨੀਆਂ ਸੱਟਾਂ ਲੱਗੀਆਂ ਉੱਦਣ ਆਪਣੇ ਪਿੱਛੇ, ਕਿੰਨੀ ਤਰੀਕ ਨੂੰ ਮੈਨੂੰ ਯਾਦ ਨਹੀਂ ਹੁਣ। ਇੰਨੀਆਂ ਸੱਟਾਂ, ਗੈਸੀ ਉਹ ਬੰਬ ਜੇ ਆਈ ਜਾਂਦੇ ਆ, ਕਦੇ ਕਿੱਲਾਂ ਕੱਟਤੀਆਂ, ਪਰ ਰੋਕ ਤਾਂ ਸਕਦੇ ਨਹੀਂ, ਕਿਉਂਕਿ ਪਹਿਲਾਂ ਵੀ ਫਤਿਹ ਹੀ ਕਰਿਆ ਮੈਦਾਨ, ਹੁਣ ਵੀ ਫਤਿਹ ਹੀ ਹੋਣਾ, ਇਹ ਤਾਂ ਪਤਾ ਹੀ ਆ। ਕਿਉਂਕਿ ਪੰਜਾਬ ਹਰੇਕ ਨਾਲ ਖੜ ਜਾਂਦਾ, ਅਤੇ ਪੰਜਾਬ ਨਾਲ ਖੜਨ ਵਾਲੇ ਬਹੁਤ ਘੱਟ ਆ, ਪੰਜਾਬ ਨਾਲ ਬਹੁਤ ਘੱਟ ਖੜਦੇ ਆ। ਇਹ ਪੰਜਾਬ ਕਦੇ ਚੱਲਦਾ ਪਾਣੀ ਨਹੀਂ ਦੇਖਦਾ, ਕਦੇ ਬਲਦੀ ਅੱਗ ਨਹੀਂ ਦੇਖਦਾ, ਉਹਦੇ ਵਿੱਚ ਖੜਦਾ ਜਾ ਕੇ। ਤੁਹਾਨੂੰ ਪਤਾ ਹੀ ਆ ਕਿੰਨਾ ਇੱਥੇ ਪਟਿਆਲੇ 'ਚ ਆਪਣੇ ਪਹਿਲਾਂ ਪਾਣੀ ਆਇਆ ਸੀ, ਕਿ ਟਰਾਲੀਆਂ ਭਰ ਭਰ ਆਪਣੇ ਸਾਡੇ ਪਿੰਡੋਂ ਵੀ ਆਉਂਦੇ ਰਹੇ ਆ ਸਾਡੇ ਨਾਲ ਦੇ, ਅਤੇ ਕੀ ਭਰ ਭਰ ਟਰਾਲੀਆਂ ਹਰੇ ਦੀਆਂ ਆਪਣੇ ਡੰਗਰਾਂ ਵਾਸਤੇ ਰੋਟੀਆਂ। ਪਰ ਅੱਛਾ, ਕੁਛ ਹੋਵੇ ਸਭ ਤੋਂ ਪਹਿਲੀ ਆਵਾਜ਼ ਪੰਜਾਬ ਦੀ ਇਹ ਹੁੰਦੀ ਹੈ, ਪ੍ਰਸ਼ਾਦਾ ਛਕੋ ਜੀ, ਪ੍ਰਸ਼ਾਦਾ ਛਕੋ ਜੀ, ਕਿਉਂਕਿ ਸਭ ਤੋਂ ਪਹਿਲਾਂ ਆਪਣਾ ਪੰਜਾਬ ਆ ਜਿਹੜਾ ਲੰਗਰਾਂ 'ਚ ਮੂਹ ਰਿਹਾ ਹੈਗਾ। ਭਾਵੇਂ 2% ਹੀ, 2% ਕਹਿ ਨਹੀਂ ਸਕਦੇ, 2% ਨਹੀਂ ਆਪਾਂ ਕਹਿ ਸਕਦੇ, ਕਿਉਂਕਿ 2% ਕਹਿਣ ਵਾਲੇ ਬਹੁਤ ਦੂਰ ਨੇ, ਆਪਣਾ ਬਹੁਤ ਕੁਛ ਚੱਲ ਰਿਹਾ। ਥੈਂਕ ਯੂ, ਭਾਵੁਕ ਹੋ ਗਏ ਨੇ ਥੋੜ੍ਹੇ ਜਿਹੇ। ਅਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਅਤੇ ਇੱਦਾਂ ਦੀਆਂ ਸ਼ਖਸੀਅਤਾਂ ਜਦੋਂ ਮੈਨੂੰ ਮਿਲਦੀਆਂ ਨੇ ਜਿਹੜੀਆਂ ਆਪਣੀਆਂ ਪੰਜਾਬੀ ਵਿਰਾਸਤ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਦੀਆਂ ਨੇ, ਤਾਂ ਸੱਚੀ ਗੱਲ ਆ ਰੂਹ ਖੁਸ਼ ਹੋ ਜਾਂਦੀ ਆ। ਹੁਣ ਦੋ ਸਾਨੂੰ ਇਜਾਜ਼ਤ, ਅਤੇ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪੰਜਾਬੀ ਡਾਕ। ਹੁਣ ਮੈਨੂੰ ਦੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ, ਸ਼ਬਾ ਖੈਰ।